ਪੰਜਾਬੀ ਫਿਲਮ ਸਟਾਰ ਦੇਵ ਖਰੋੜ ਜੋ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਨੇ, ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਜੋ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਲਈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਜਗਬਾਣੀ ਟੀਵੀ ਤੇ, ਤੁਸੀਂ ਵੇਖ ਸਕਦੇ ਹੋ ਕਿ ਦੇਵ ਖਰੋੜ ਇੱਥੇ ਪਹੁੰਚ ਚੁੱਕੇ ਨੇ। बिल्कुल तुसी वेख सकते क्योंकि आने वाले समय दे विच काफी कुछ जो है नवे प्रोजेक्ट्स भी लैके आ रहे ने, ते ए तस्वीरां तुहाडे नाल इस वेले दीआं सांझीआं कर रहे हां देव खरोड होणा दीआं कि गुरुद्वारा साहब अज श्री अमृतसर साहब पहुंचे ने। बिल्कुल तस्वीर तो साझिया कर रहे हैं इस वेले दिया, देव खरोड़ जो ने इतने सचखंड श्री हरिमंदर साहब पहुंचे हुए ने। बिल्कुल तस्वीर तुम वेख सकते हो इस वेले दिया साझिया कर रहे हैं, ते गल करांगे देव जी ना जी खरोड़ साहब आज तुसी सचखंड श्री हरिमंदर साहब पहुंचे हो, की कहना चाहोगे? बाबा जी का आशीर्वाद लेना आया जी, हमेशा आईदा जे फिल्म रिलीज ना भी हुंदी होवे तां इस गुरु के दर तो बिना मतलब साडा कोई गुजारा नहीं है, है ना। इत्थे साडियां अरदासां बेनतियां प्रवान हुई ने, सो हमेशा आईदा जी, ते जदों कोई चंगा कार्ज आरंभीदा ते उदों भी आईदा, शुकराना करन भी आईदा दाते दा। सो हमेशा इथो ही जो पाया जितने भी है इस गुरु के दर तो पाया। देव जी पंजाबी इंडस्ट्री नु किवें वेखदे हो, आने वाले जिहड़ा भविख आ ਉਹ ਕਿਵੇਂ ਵੇਖਦੇ ਹੋ, ਕਿਉਂਕਿ ਜੋ ਹਾਲਾਤ ਨੇ ਪੰਜਾਬ ਦੀ ਗੱਲ ਕਰ ਲਈਏ ਕਿ ਕਾਫੀ ਜੋ ਕਹਿ ਸਕਦੇ ਹਾਂ ਕਿ ਅੱਜ ਦੇ ਹਾਲਾਤ ਕਾਫੀ ਤਣਾਅਪੂਰਕ ਵੀ ਰਹੇ ਨੇ ਕੁਝ, ਪਰ ਕਿਵੇਂ ਵੇਖਦੇ ਹੋ ਆਉਣ ਵਾਲੇ ਸਮੇਂ? ਚੱਲਦਾ ਰਹਿੰਦਾ ਜੀ, ਇਹ ਤਾਂ ਦੇਖੋ ਇਹ ਤਾਂ ਹਿੱਸਾ ਹੈ, ਹਮੇਸ਼ਾ ਚੱਲਦਾ ਰਹਿੰਦਾ, ਇਹ ਅੱਜ ਕੋਈ ਨਵੀਂ ਗੱਲ ਨਹੀਂ ਹੋਣ ਲੱਗੀ, ਬਹੁਤ ਟਾਈਮ ਤੋਂ ਚੱਲਦਾ ਆਇਆ ਔਰ ਪੰਜਾਬੀ ਇੰਡਸਟਰੀ ਬਹੁਤ ਵਧੀਆ ਕੰਮ ਕਰ ਰਹੀ ਹੈ, ਬਹੁਤ ਵਧੀਆ ਯੋਗਦਾਨ ਪਾ ਰਹੀ ਹੈ, ਹੈਨਾ। ਸੋ ਹੋਰ ਵੀ ਅਸੀਂ ਚੰਗਾ ਸਿਨੇਮਾ ਕਰਾਂਗੇ, ਚੰਗਾ ਸਿਨੇਮਾ ਸਾਰੇ ਕਰ ਰਹੇ ਹੈ, ਤੇ ਹਮੇਸ਼ਾ ਜਦੋਂ ਵੀ ਪੰਜਾਬੀ ਇੰਡਸਟਰੀ ਦੀ ਕਲਾਕਾਰਾਂ ਦੀ ਸਾਡੇ ਪੰਜਾਬ ਨੂੰ ਜ਼ਰੂਰਤ ਪਈ ਹੈ, ਹਮੇਸ਼ਾ ਖੜੇ ਹੈ, ਮੋਢੇ ਨਾਲ ਮੋਢਾ ਲਾ ਕੇ ਖੜੇ ਹੈ। ਬਹੁਤ ਹੀ ਘੱਟ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ, ਜੇ ਗੱਲ ਕਰ ਲਈਏ ਕਿ ਰੁਪਿੰਦਰ ਗਾਂਧੀ ਮੂਵੀ ਦੀ ਤੇ ਉਸ ਤੋਂ ਬਾਅਦ ਹੁਣ ਤੱਕ ਬਹੁਤ ਹੀ ਘੱਟ ਸਮੇਂ 'ਚ ਕਹਿ ਸਕਦੇ ਹਾਂ ਕਿ ਤੁਹਾਨੂੰ ਅੱਜ ਤੱਕ ਬੜਾ ਹੀ ਫੇਮ ਮਿਲਿਆ, ਕੀ ਕਹਿਣਾ ਚਾਹੋਗੇ? ਸਮਾਂ ਬਹੁਤ ਲੱਗਿਆ ਵੀਰੇ ਇਹ ਫੇਮ ਲੈਣ 'ਚ, ਬਹੁਤ ਸਟਰਗਲ ਕੀਤੀ ਹੈ, ਘੱਟ ਸਮੇਂ 'ਚ ਕੁਝ ਨਹੀਂ ਮਿਲਦਾ, ਬੜੇ ਮੱਥੇ ਰਗੜੇ ਆ ਇਸ ਦਰ ਤੇ, ਬਹੁਤ ਅਰਦਾਸਾਂ ਕੀਤੀਆਂ ਨੇ ਵਾਹਿਗੁਰੂ ਨੇ ਸੁਣੀ, ਹੈਨਾ। ਸੋ ਦੇਰ ਸਵੇਰ ਸੁਣਦਾ ਬਹੁਤ ਹੈ, ਸੋ ਥੋੜੇ ਸਮੇਂ 'ਚ ਨਹੀਂ ਮਿਲੀ, ਕਾਫੀ ਟਾਈਮ 'ਚ ਮਿਲੀ ਹੈ, ਸੋ ਮਿਹਨਤ ਕਰਨੀ ਪੈਂਦੀ ਹੈ ਤਾਂ ਹੀ ਕੋਈ ਮੁਕਾਮ ਮਿਲਦਾ, ਹਾਸਲ ਹੁੰਦਾ, ਮੇਰੇ ਇਕੱਲੇ ਨਾਲ ਨਹੀਂ ਹੋਇਆ, ਸਾਰੀ ਮਿਹਨਤ ਕਰਕੇ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚਦੇ ਆ। ਥੈਂਕ ਯੂ, ਥੈਂਕ ਯੂ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।